Assalamu alaikum ji. Welcome back with Yaji to Sariana to the and other vlog. Aaj na vlog Nabi Ali Ramzan hai Ramzan na mar hai 15 roza hai te aaj Nabi Ali asan ja rahe hain ji sara outdoor iftari na plan banta va te usne mari hu hun jagah le decide koni hoyi te hun jaane pya theek hai jak baba usan theek hai te ko plan sahi jam nasa fit ja ਅੱਜ ਕੋਈ ਜਿਹੜਾ ਨਾ ਦੂਰ ਜੇ ਕੇ ਕੋਲੇ ਸਹੀ ਆਊਟ ਸਾਈਡ ਚ ਜਾਂ ਨੈਚੁਰਲ ਅਫਤਾਰੀ ਕਰ ਸੰਜ ਕਹਿੰਦੇ ਨੈਚੁਰਲ ਅਫਤਾਰੀ ਸਹੀ ਚਸਾ ਵਾਲੀ ਸਹੀ ਜਿਸ ਕਿਆਂ ਸੋਹਣੀ ਜਿਹੀ ਗੱਲ ਉੱਠਦਾ ਤੇ ਇਸ ਤਰ੍ਹਾਂ ਬਾਦਲ ਸਾਈਡ ਤੇ ਉਹਨ ਚੁੱਲਨੇ ਆ ਠੀਕ ਹੈ ਬਗੈਰ ਕਿਉਂਕਿ ਵਾਵਾ ਲੇਟ ਹੋਈ ਆ ਅੱਗੇ ਜਾ ਕੇ ਇੰਤਜ਼ਾਰ ਕਰਨੇ ਪਏ ਤੇ ਉਹਨ ਚੁੱਲਨੇ ਆ ਡਾਇਰੈਕਟ ਸਿੱਧਾ ਉਹਨਾਂ ਲੱਗੀਆਂ ਕੋਲ ਹਾਂ ਜੀ ਜਨਾਬ ਹੁਣ ਜਨਾਬ ਸਾਂ ਬੈਠੇ ਹੋਏ ਆ ਜੀ ਤੇ ਕੁਝ ਖਾਨ ਸ਼ੈਲ ਪੰਪ ਪਰ ਇੱਥੇ ਅਸਾਂ ਖਲਾਈ ਆ ਆਪਣੀ ਗੱਡੀ ਕਿਉਂਕਿ ਸਾਡੀ ਮਿਰਾਜ ਜਿਹੜੀ ਆ ਨਾ ਉਹ ਨਾ ਖਲਾਈ ਅਸਾਂ ਠੀਕ ਹੈ ਕਿਉਂਕਿ ਅਸਾਂ ਬਾਹਰ ਜਾਣਾ ਬੱਕੂ ਜਾਣਾ ਰਸ਼ ਪਵਾਂ ਰੋਲਾ ਪਵਾਂ ਤੇ ਬਾਅਦ ਮੈਂ ਵਲੋਗ ਬਣਾਉਣਾ ਵਾ ਇੱਥੇ ਹੁਣ ਰੋਲਾ ਪਿਆ ਵਾ ਇਤਨਾ ਕਿ ਵਾਲ ਆ ਕੇ ਜਵਾਬ ਦੱਸੀ ਨਹੀਂ ਸਹੀ ਜੀ ਤੇ ਮੈਂ ਹੁਣ ਚੁੱਲ੍ਹੇ ਆ ਬਲਕਿ ਨਿਕਲੇ ਆ ਹੌਲੇ ਹੌਲੇ ਨਾਲ ਨਾਲ ਵਲੋਗਿੰਗ ਵੀ ਕਰਸਾਂ ਅੱਜ ਤੇ ਨਾਲ ਨਾਲ ਜਿਹੜਾ ਨਾ ਅਫਤਾਰੀ ਵੀ ਕਰਸਾਂ ਤੇ ਬਾਕੀ ਇਹਨਾਂ ਵਲੋਗ ਲਾਜ਼ਮੀ ਐਂਡ ਜੇ ਤੱਕ ਲਾਜ਼ਮੀ ਅੱਜ ਨਾ ਮਿਸ ਕਰੀ ਬਚੇ ਤੇ ਹੁਣ ਚੱਲਨੇ ਆ ਨਾਲ ਨਾਲ ਹਾਂ ਜੀ ਜਨਾਬ ਫਾਈਨਲੀ ਅਸਾਂ ਤੱਕੇ ਖਾਣੇ ਅਸਾਂ ਪੁੱਜ ਚੁੱਕੇ ਹਾਂ ਜੀ ਸ਼ਕਰ ਪੜੀਆਂ ਅਸਾਂ ਨਾ ਜਾਣਾ ਨਾ ਮੂਡ ਸਵਾਰ ਜਗਾ ਸੀ ਲੇਕਿਨ ਰੋਲਾ ਇਹ ਆ ਕਿ ਇਹਦਾ ਨਾ ਕਰਿਆ ਕਰੋ ਇਹਦਾ ਬਈ ਰਵੋ ਯਾਰ ਹੁਣ ਟਾਈਮ ਹੋ ਗਿਆ ਏ ਬਹੁਤ ਜੀ ਬਹੁਤ ਮਨੀ ਬਾਜੀ ਬਹੁਤ ਬਹੁਤ ਸਾਰੇ ਇਹਦਾ ਇਫਤਾਰੀ ਹੋ ਗਈ ਕੈਸੇ ਨਾਲ ਹੋਈ ਕਿਆ ਵਜਾ ਖੁਸ਼ਬੂ ਕੋਲ ਸੰਨੇ ਕੋਨ ਜੀ ਕਿਆ ਵਜਾ ਸਾਡੇ ਨਾਲ ਸੋ ਐਰਾ ਉਹ ਕਿਆ ਵੇ ਕਾਰਟਨ ਲਾਈਏ ਆ ਪਹਿਲੀ ਵਾਰੀ ਤੇ ਕਿਹੜੀ ਐ ਪਹਿਲੀ ਵਾਰੀ ਲਾਇਆ ਗਲਤੀ ਯਾਰ ਨਾ ਭੀੜਿਆ ਕਰੋ ਯਾਰ ਨਾ ਭੀੜਿਆ ਕਰੋ ਉਥੋਂ ਇੱਥੇ ਜੀ ਭੇੜ ਆਈ ਤਾਂ ਯਾਦ ਹਾਂ ਜੀ ਕਰਾ ਨਾਈਸ 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 ਨੰਗਰ ਸ਼੍ਰੀ ਕੁਸਾਂ ਨੰਗਰ ਇਹ ਚਾਵਲ ਖਾ ਲੋ ਨਾ ਇਹ ਪੋਈ ਕੈ ਨਹੀਂ ਅੜੇ ਕਿਆ ਜੀ ਕੰਨ ਸਾਹਿਬ ਹਾਂ ਜੀ ਗਲੀਆਂ ਦੋ ਹਾਂ ਜੀ ਜਨਾਬ ਅੱਜ ਸਾਰੇ ਪ੍ਰੋਗਰਾਮ ਵੀ ਜਿਹੜਾ ਨਾ ਅੱਜ ਕੋਈ ਪਤਾ ਨਹੀਂ ਕੁਛ ਕੁਸਾ ਨਹੀਂ ਨਜ਼ਰ ਜੀ ਲਈਗੀ ਨਜ਼ਰ ਜੀ ਇਸ ਵਜ੍ਹਾ ਤੋਂ ਲੈ ਕੇ ਆਖਣਾ ਪਿਆ ਕਿਉਂਕਿ ਸਾਡਾ ਪ੍ਰੋਗਰਾਮ ਜਿਹੜਾ ਨਜ਼ਰ ਜਾ ਲੈ ਕੇ ਥੋੜ੍ਹਾ ਜਿਹਾ ਨਹੀਂ ਕਾਫੀ ਸਾਰਾ ਫਲਾਪ ਹੋ ਚੁੱਕਿਆ ਫਲਾਪ ਹੋਣ ਦੀ ਵਜ੍ਹਾ ਸਿਰਫ ਔਰ ਸਿਰਫ ਇਹ ਸੀ ਕਿ ਜਨਾਬ ਜਿਸ ਟਾਈਮ ਤਾਂ ਅਸਲੇ ਪੈਸਾ ਨਾ ਠੀਕ ਹੈ ਇੱਧਰ ਆਪਣੇ ਪ੍ਰੋਗਰਾਮ ਦਾ ਸਾਨੂੰ ਨਾਲ ਚੱਲ ਜਾਣਾ ਸੀ ਬੜਾ ਸਿਸਟਮ ਕਰਨਾ ਸੀ ਲੇਕਿਨ ਉਹ ਮਿਸ ਹੋ ਗਿਆ ਉਸ ਦੀ ਵਜ੍ਹਾ ਇਹ ਸੀ ਕਿ ਅਸਲ ਜਿਹੜਾ ਨਾ ਸਾਡੀ ਇੱਕ ਗੱਡੀ ਸੀ ਉਸ ਨਾਲ ਨਿਕਾ ਜਿਹਾ ਅੱਧਾ ਹੋ ਗਿਆ ਖੈਰ ਹਾਦਸਾ ਤਾਂ ਨਹੀਂ ਹੋਇਆ ਲੇਕਿਨ ਆ ਕੀ ਚੱਕਣੇ ਹੋ ਕਿ ਬੱਚਤ ਹੋਏਗੀ ਠੀਕ ਹੈ ਬਸ ਸਹੀ ਸਹੀ ਥੋੜ੍ਹੀ ਬਹੁਤੀ ਲੇਕਿਨ ਇੱਕ ਬੱਚਤ ਹੋਏਗੀ ਉਸ ਦੀ ਵਜ੍ਹਾ ਸਾਡੀ ਮਾਮਲਾ ਜਿਹੜੇ ਕਾਫੀ ਖਰਾਬ ਹੋ ਗਏ ਅਤੇ ਫਿਰ ਅਸਾਂ ਜਿਹੜਾ ਨਾ ਉਹ ਕਹਿੰਦਾ ਸੀ ਨਾ ਚੱਕਰ ਪੜੀਆਂ ਉਸਨੇ ਕੋਲ ਲਈ ਬਾਈ ਕਿਹਾ ਜਿਹੜਾ ਨਾ ਤਾੜੀ ਸ਼ਾਰੀ ਕਰੀ ਕਦੀ ਟਿੱਕੇ ਆ ਸੀ ਉੱਪਰ ਅਤੇ ਨਾ ਉਸ ਦੀ ਵਜ੍ਹਾ ਤੋਂ ਜਿਹੜਾ ਨਾ ਕੰਮ ਖਰਾਬ ਹੋਣੇ ਜਿਹੜਾ ਤੂੰ ਸਾਰਾ ਵਲੋਗ ਵੀ ਕੋਈ ਨਹੀਂ ਬਣਦਾ ਬਿਲਕੁਲ ਕੁਛ ਕੰਮ ਨਹੀਂ ਬਣਦਾ ਠੀਕ ਹੈ ਬਣਾਇਆ ਸਿਆ ਨਿੱਕਾ ਮੋਟਾ ਲੇਕਿਨ ਕਿਹਾ ਮੈਂ ਕੋਈ ਬਣਾ ਪਿਆ ਬਾਈ ਕੁਛ ਕੰਮ ਨਹੀਂ ਬਣਦਾ ਕਿਉਂ ਕਿਉਂਕਿ ਸਾਡੇ ਮਾਮਲਾ ਜਿਹੜੇ ਸੀ ਨਾ ਉਹ ਕਾਫੀ ਖਰਾਬ ਹੋ ਚੁੱਕੇ ਸੀ ਉਸ ਤੋਂ ਬਾਅਦ ਨੈਕਸਟ ਮਾਮਲਾ ਤੋਂ ਸਾਡੇ ਸੀ ਕਿ ਕੋਈ ਫਿਰ ਉਸ ਤੋਂ ਬਾਅਦ ਗੱਡੀ ਨੂੰ ਸੈਟਿੰਗ ਸੁਟਿੰਗ ਕਰਾਈ ਥੋੜ੍ਹੀ ਬਹੁਤੀ ਅਤੇ ਹੁਣ ਤਕਰੀਬਨ ਰਾਤੀ 10 ਵਜੇ ਪਏ ਹੁਣ ਜਨਾਬ ਵਾਲੀ ਅਸਾਂ ਇਸ ਟਾਈਮ ਖਲਤੇ ਹੋਏ ਹਾਂ ਜੀ ਬੈਰੀਆ ਟਾਊਨ 'ਚ ਇੱਥੇ ਸੰਗੀ ਹੈ ਸਾਡੇ ਉਹਨਾਂ ਨਾਲ ਆਪਣਾ ਸ਼ੀਸ਼ਾ ਕੈਫੇ ਹੈ ਠੀਕ ਹੈ ਸ਼ੀਸ਼ਾ ਕੈਫੇ ਸਾਡੇ ਉੱਥੇ ਉਹ ਜਵਾਨ ਆਏ ਸਾਡੇ ਅਤੇ ਨਵੇਂ ਜਿਹੜੇ ਕੱਢਦੇ ਹਾਂ ਬਸ ਇਸ ਤੋਂ ਬਾਅਦ ਜਿਹੜਾ ਨਾ ਹੋਰ ਕੋਈ ਖਤਮ ਸਿਸਟਮ ਅਤੇ ਬਸ ਅੱਜ ਨਾ ਸਮਝੀ ਕਿ ਨੋ ਕਿ ਨਜ਼ਰ ਲਈ ਕਿ ਬੰਦੇ ਨਹੀਂ ਉਸ ਬੰਦੇ ਕੀ ਪਤਾ ਵੈ ਭਾਈ ਉਸ ਕਿਉਂ ਉਹ ਆਖਣਾ ਮੈਂ ਉਸ ਜਾਣਾ ਪਿਆ ਪਰ ਨਜ਼ਰ ਲਈ ਕਿ ਉਸ ਦੀ ਵਜ੍ਹਾ ਤੋਂ ਸਾਰਾ ਜਿਹੜਾ ਸਾਰਾ ਪ੍ਰੋਗਰਾਮ ਖਰਾਬ ਹੋ ਗਿਆ ਕਿਉਂਕਿ ਮਾੜਾ ਕਾਫੀ ਮੂਡ ਸੀ
ਕਾਫੀ ਬਿਹਤਰ ਕਰਨੇ ਨਾ ਮੂਡ ਸੀ ਲੇਕਿਨ ਸਾਰਾ ਮੂਡ ਜਿਹੜਾ ਨਾ ਉਹ ਖਰਾਬ ਹੋ ਗਿਆ। ਖੈਰ ਬਾਕੀ ਹੁਣ ਦੁਬਾਰਾ ਵਲੌਗ ਕੰਟੀਨਿਊ ਕਰਨੇ ਆ ਅਤੇ ਹੁਣ ਜਨਾਬ ਅਲੀ ਅਸਾਂ ਜਾ ਰਹੇ ਹਾਂ ਕਲੱਬ ਜਿਸ ਨਾਮ ਆਖਣਾ ਪਿਆ ਜ਼ਿਕਰ ਕਰਨਾ ਪਿਆ ਵਾ ਠੀਕ ਹੈ ਬਗੈਰ ਰੂਮ ਦਾ ਟਾਈਮ ਵੇਸਟ ਕੀਤੀ ਕਿਉਂਕਿ ਕਿਹਾ ਕਾਫੀ ਟਾਈਮ ਵੇਸਟ ਹੋਈ ਚੁੱਕਿਆ ਸਾਰਾ ਹੁਣ ਡਾਇਰੈਕਟ ਸਾਨੂੰ ਐਂਟਰੀ ਕਰਾਉਣੀ ਅੱਜ ਹੀ ਕਲੱਬ ਵਿੱਚ ਖਤਮ ਬਾਏ ਬਾਏ ਟਾਟਾ ਗੁੱਡ ਬਾਏ ਗਿਆ।